ਸਤਿ ਸ਼੍ਰੀ ਅਕਾਲ, ਮੈਂ ਅੰਮ੍ਰਿਤ ਵਰਦੀ ਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਇੱਕ ਨਵੇਂ ਵਿਸ਼ੇ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਜਾਣੂ ਕਰਵਾਵਾਂਗੇ। ਅੱਜ ਗੱਲਬਾਤ ਕਰਾਂਗੇ ਉਸ ਵਿਸ਼ੇ ਦੀ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਵੀ ਬਣ ਹੀ ਗਿਆ ਹੈ, ਕਿਉਂਕਿ ਕਿਤੇ ਨਾ ਕਿਤੇ ਬੇਸ਼ੱਕ ਆਜ਼ਾਦੀ ਦੀਆਂ ਅਸੀਂ ਗੱਲਾਂ ਕਰਦੇ ਹਾਂ, 70 ਵਰ੍ਹੇ ਅਸੀਂ ਆਜ਼ਾਦੀ ਦੇ ਮਨਾਉਂਦੇ ਹਾਂ, ਸੰਵਿਧਾਨ ਦਿਹਾੜੇ ਅਸੀਂ ਮਨਾਉਂਦੇ ਹਾਂ, ਪਰ ਅਸਲ ਦੇ ਵਿੱਚ ਜਿਹੜੇ ਸੰਵਿਧਾਨ ਦੇ ਵਿੱਚ ਲਿਖੇ ਹੋਏ ਨੇ ਉਹ ਕਿ ਉਹ ਵੀ ਹੱਕ ਸਾਨੂੰ ਮਿਲੇ ਹੋਏ ਨੇ ਪੂਰਨ ਤੌਰ 'ਤੇ। ਜਦੋਂ ਆਜ਼ਾਦੀ ਦੀ ਗੱਲ ਆਉਂਦੀ ਹੈ, ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੈ, ਬੋਲਣ ਦੀ ਆਜ਼ਾਦੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਅੱਜ ਵੀ ਪੂਰਨ ਤੌਰ 'ਤੇ ਆਜ਼ਾਦੀ ਸਾਨੂੰ ਨਹੀਂ ਹੈ। ਨੌਜਵਾਨ ਪੀੜ੍ਹੀ ਦੀ ਜੇਕਰ ਗੱਲ ਕਰੀਏ ਤਾਂ ਅੱਜ ਆਪਣੀ ਮਰਜ਼ੀ ਦੇ ਨਾਲ ਨੌਜਵਾਨਾਂ ਦਾ ਵਿਆਹ ਕਰਵਾਉਣਾ ਕਿਤੇ ਨਾ ਕਿਤੇ ਗੁਨਾਹ ਮੰਨਿਆ ਜਾਂਦਾ ਹੈ। ਕਿਉਂ ਆਖਿਰਕਾਰ ਗੁਨਾਹ ਮੰਨਿਆ ਜਾਂਦਾ ਹੈ? ਕਿਉਂ ਜਿਹੜੇ ਨੌਜਵਾਨ ਨੇ ਆਪਣੀ ਮਰਜ਼ੀ ਦੇ ਨਾਲ ਆਪਣਾ ਜੀਵਨ ਸਾਥੀ ਨਹੀਂ ਚੁਣ ਸਕਦੇ, ਅਤੇ ਜੇਕਰ ਉਹ ਆਪਣੀ ਮਰਜ਼ੀ ਕਰਦੇ ਨੇ ਤਾਂ ਫੋਕੀ ਅਣਖ ਦੇ ਕਰਕੇ ਕਿੰਨੇ ਕੁ ਕਤਲ ਜਿਹੜੇ ਨੇ ਉਹ ਉਹਨਾਂ ਨੌਜਵਾਨਾਂ ਦੇ ਜਿਹੜੇ ਹੋਏ ਵੀ ਨੇ? ਕਿਉਂ ਜਿਹੜੀ ਇਹ ਫੋਕੀ ਅਣਖ ਹੈ ਉਹ ਕਈ ਜਾਨਾਂ ਦੇ ਉੱਪਰ ਜਿਹੜੀ ਹੈ ਉਹ ਭਾਰੀ ਪੈ ਗਈ ਹੈ, ਅਤੇ ਕਿਉਂ ਜਿਹੜੀ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾਉਣਾ ਅੱਜ 70 ਸਾਲਾਂ ਬਾਅਦ ਵੀ ਜਿਹੜਾ ਹੈ ਉਹ ਕਿਸੇ ਨੂੰ ਗਵਾਰਾ ਨਹੀਂ ਹੈ? ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਲੋਕਾਂ ਦੇ ਨਾਲ ਕਿ ਆਖਿਰਕਾਰ ਇਹ ਕੀ ਸੋਚਦੇ ਨੇ, ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਉਣਾ ਗੁਨਾਹ ਕਿਉਂ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਯਸ਼ਪ੍ਰੀਤ। ਯਸ਼ਪ੍ਰੀਤ, ਤੁਸੀਂ ਵਿਆਹੇ ਹੋਏ ਹੋ? ਹਾਂਜੀ। ਤੁਹਾਡਾ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਹੋਇਆ ਜਾਂ ਆਪਣੀ ਮਰਜ਼ੀ? ਨਹੀਂ, ਲਵ ਮੈਰਿਜ ਹੈ, ਵੈਸੇ ਘਰਦਿਆਂ ਦੀ ਮਰਜ਼ੀ ਨਾਲ ਹੀ ਹੋਇਆ। ਅੱਛਾ, ਘਰਦਿਆਂ ਦੀ ਸਹਿਮਤੀ ਦੇ ਨਾਲ ਹੋਇਆ। ਤੇ ਤੁਹਾਨੂੰ ਆਪਣੇ ਘਰਦਿਆਂ ਨੂੰ ਮਨਾਉਣ ਦੇ ਵਿੱਚ ਕਿੰਨੀ ਕੁ ਜੱਦੋਜਹਿਦ ਕਰਨੀ ਪਈ? ਨਹੀਂ, ਮੈਨੂੰ ਕੋਈ ਜ਼ਿਆਦਾ ਜੱਦੋਜਹਿਦ ਨਹੀਂ ਕਰਨੀ ਪਈ, ਨੋਰਮਲ ਹੀ ਹੋਇਆ। ਅੱਛਾ, ਤੇ ਜਿਹੜਾ ਅੱਜ ਦੀ ਜੇਕਰ ਆਪਾਂ ਗੱਲ ਕਰੀਏ, ਬੇਸ਼ੱਕ ਆਪਾਂ ਇੰਨੀ ਅੱਗੇ ਵੱਧ ਚੁੱਕੇ ਹਾਂ, ਪਰ ਫਿਰ ਵੀ ਅੱਜ ਕਿਤੇ ਨਾ ਕਿਤੇ ਜਿਹੜਾ ਹੈ ਉਹ ਲਵ ਮੈਰਿਜ ਨੂੰ ਇੱਕ ਕ੍ਰਾਈਮ ਵਜੋਂ ਕਿਉਂ ਦੇਖਿਆ ਜਾਂਦਾ ਹੈ? ਮਤਲਬ ਕੀ ਹੈ ਨਾ, ਲੋਕਾਂ ਦੀ ਮੈਂਟੈਲਿਟੀ ਇਹ ਹੈ, ਜਿਵੇਂ ਆਪਾਂ ਪਿੰਡਾਂ ਦੀ ਕਹਿ ਸਕਦੇ ਹਾਂ, ਸ਼ਹਿਰਾਂ ਦੇ ਵਿੱਚ ਬਹੁਤ ਫਰਕ ਪੈ ਗਿਆ, ਵੀ ਉਹ ਲੋਕ ਆਪਦੀ ਅਣਖ ਸਮਝਦੇ ਨੇ ਇਸ ਚੀਜ਼ ਨੂੰ, ਵੀ ਉਹ ਕਹਿੰਦੇ ਨੇ ਵੀ ਹਾਂ ਜੇ ਕੋਈ ਸਾਡੀ ਕੁੜੀ ਜਾਂ ਮੁੰਡਾ ਲਵ ਮੈਰਿਜ ਕਰਵਾਊਗਾ ਤਾਂ ਕੁੜੀਆਂ ਲਈ ਜ਼ਿਆਦਾ, ਥੋੜ੍ਹਾ ਕੁੜੀਆਂ ਵਾਲੇ ਕੁੜੀਆਂ ਦੇ ਮਾਪਿਆਂ ਜਿਹੜਾ ਉਹ ਥੋੜ੍ਹਾ ਜ਼ਿਆਦਾ ਸਮਝਦੇ ਨੇ ਵੀ ਸਾਡੀ ਅਣਖ ਹੈ ਇਸ ਚੀਜ਼ 'ਚ, ਅਸੀਂ ਇਹ ਨਹੀਂ ਹੋਣਾ। ਬੇਸ਼ੱਕ ਉਸ ਤੋਂ ਬਾਅਦ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਕੇ ਚਾਹੇ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਜਾਵੇ, ਪਰ ਉਹ ਜਿਹੜੀ ਫੋਕੀ ਅਣਖ ਹੈ ਉਹ ਕਈਆਂ ਦੀ ਜ਼ਿੰਦਗੀ ਤੇ ਭਾਰੀ ਪੈ ਜਾਂਦੀ ਹੈ। ਹਾਂ, ਇਹ ਵੀ ਹੋ ਜਾਂਦਾ। ਅਸੀਂ ਬੜੀ ਵਾਰ ਦੇਖਿਆ ਹੈ ਕਿ ਕਤਲ ਵੀ ਕਰ ਦਿੱਤੇ ਜਾਂਦੇ ਨੇ। ਕਤਲ ਵੀ ਕਰ ਦਿੱਤੇ ਜਾਂਦੇ ਨੇ, ਹਾਂਜੀ, ਉਹ ਵੀ ਕੋਈ ਇਹਦੇ ਵਿੱਚ ਗੁਰੇਜ਼ ਨਹੀਂ ਹੈ, ਕਤਲ ਵੀ ਕਰ ਦਿੱਤੇ ਜਾਂਦੇ ਨੇ, ਪਰ ਕਿਤੇ ਨਾ ਕਿਤੇ ਇਹ ਗੱਲ ਵੀ ਹੈਗੀ ਹੈ ਵੀ ਕਈ ਲੋਕ ਲਵ ਦੇ ਨਾਂ 'ਤੇ ਵੀ ਗਲਤ ਕਰ ਰਹੇ ਨੇ, ਉਹ ਵੀ ਇਸ ਚੀਜ਼ ਦੀ ਮੈਂਟੈਲਿਟੀ ਹੈ ਜਿਹੜੀ ਉਹ ਵਧਾਉਂਦੇ ਨੇ ਵੀ ਹਾਂ ਵੀ ਕ੍ਰਾਈਮ ਵੀ ਗਲਤ ਹੈਗਾ, ਲਵ ਮੈਰਿਜ ਕਰਾਉਣਾ ਵੀ ਗਲਤ ਹੈ, ਉਹ ਇਸ ਚੀਜ਼ ਨੂੰ ਵਧਾਉਂਦੇ ਨੇ। ਜਿਹੜਾ ਅਸੀਂ ਵੀ ਇਹ ਗੱਲ ਦੇ ਨਾਲ ਜਿਹੜਾ ਪੂਰੀ ਤਰ੍ਹਾਂ ਤੇ ਅਸੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਆ ਕਿ ਆਪਣੇ ਮਾਪਿਆਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਜਿਹੜਾ ਹੈ ਉਹ ਨੌਜਵਾਨਾਂ ਨੂੰ ਕਦਮ ਚੁੱਕਣੇ ਚਾਹੀਦੇ ਨੇ। ਬੇਸ਼ੱਕ ਜਿਹੜਾ ਹੈ ਹਰ ਕਦਮ ਜਿਹੜਾ ਆਪਣੇ ਮਾਪਿਆਂ ਦੀ ਮਰਜ਼ੀ ਦੇ ਨਾਲ ਹੀ ਚੁੱਕਣਾ ਚਾਹੀਦਾ, ਪਰ ਫਿਰ ਵੀ ਅਸੀਂ ਉਸ ਵਿਸ਼ੇ 'ਤੇ ਗੱਲ ਕਰ ਰਹੇ ਹਾਂ ਕਿ ਫੋਕੀ ਅਣਖ ਦੇ ਖਾਤਰ ਜਿਹੜਾ ਹੈ ਉਹ ਨੌਜਵਾਨਾਂ ਦੀਆਂ ਜਾਨਾਂ ਕਿਉਂ ਲਈਆਂ ਜਾ ਰਹੀਆਂ ਨੇ? ਸਿਰਫ ਇਸ ਕਰਕੇ ਕਿਉਂਕਿ ਉਹਨੇ ਜਾਂ ਤਾਂ ਗੈਰ ਜਾਤ ਦੇ ਵਿੱਚ ਜਾਂ ਫਿਰ ਆਪਣੇ ਤੋਂ ਆਰਥਿਕ ਪਾੜਾ ਜਿਹੜਾ ਜ਼ਿਆਦਾ ਹੋਣ ਵਾਲੇ ਪਰਿਵਾਰ ਦੇ ਮੁੰਡੇ ਦੇ ਨਾਲ ਜਾਂ ਕੁੜੀ ਦੇ ਨਾਲ ਜਿਹੜਾ ਰਿਸ਼ਤਾ ਜੋੜ ਲਿਆ? ਕੀ ਨਾਮ ਹੈ? ਗੁਰਪਿੰਦਰ ਸਿੰਘ। ਗੁਰਪਿੰਦਰ ਸਿੰਘ, ਵਿਆਹੇ ਹੋਏ ਹੋ? ਹਾਂਜੀ। ਅਰੇਂਜ ਮੈਰਿਜ, ਲਵ ਮੈਰਿਜ? ਅਰੇਂਜ। ਅੱਛਾ, ਕਿੰਨੇ ਸਾਲ ਹੋ ਗਏ? 2 ਸਾਲ ਹੋ ਗਏ। ਤੇ ਤੁਹਾਡਾ ਜਦੋਂ ਘਰਦਿਆਂ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਉਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ? ਨਹੀਂ, ਕੋਈ ਨਹੀਂ। ਅੱਛਾ, ਤੇ ਜਦੋਂ ਅਸੀਂ ਇਸ ਵਿਸ਼ੇ ਦੀ ਗੱਲ ਕਰ ਰਹੇ ਹਾਂ ਕਿ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਉਣ ਦਾ ਅੱਜ ਵੀ ਨੌਜਵਾਨਾਂ ਨੂੰ ਹੱਕ ਕਿਤੇ ਨਾ ਕਿਤੇ ਕਿਉਂ ਨਹੀਂ ਹੈ? ਨਹੀਂ, ਹੈਗਾ ਜੀ ਹੱਕ, ਫੈਮਿਲੀ 'ਤੇ ਡਿਪੈਂਡ ਕਰਦਾ, ਜਿਹੜੀ ਫੈਮਿਲੀ ਐਜੂਕੇਟਡ ਨੇ ਉਹ ਹੱਕ ਦਿੰਦੇ ਨੇ ਬਕਾਇਦਾ, ਪਰ ਕਿਤੇ ਨਾ ਕਿਤੇ ਮਾਪੇ ਵੀ ਆਪਣੀ ਖੁਸ਼ੀ 'ਚ ਖੁਸ਼ ਹੁੰਦੇ ਨੇ, ਜਿੱਥੇ ਉਹਨਾਂ ਨੂੰ ਲੱਗਦਾ ਖੁਸ਼ੀ ਆ ਉੱਥੇ ਉਹ ਜ਼ਰੂਰ ਹਾਂ ਕਰਦੇ ਨੇ। ਅਤੇ ਜਿਹੜੇ ਫੋਕੀ ਅਣਖ ਖਾਤਰ ਕਤਲ ਕੀਤੇ ਜਾਂਦੇ ਨੇ ਉਹ ਕਿਉਂ? ਉਹ ਗਲਤ ਹੈ ਜੀ, ਬਿਲਕੁਲ ਹੀ, ਕਿਉਂਕਿ ਆਪਦੀ ਕਿਤੇ ਨਾ ਕਿਤੇ ਲੈ ਕੇ, ਪਰ ਉਹ ਵੀ ਮਾਪੇ ਤਾਂ ਕਰਦੇ ਨੇ ਜੇ ਉਹਨਾਂ ਨੂੰ ਬੱਚੇ ਨਹੀਂ ਗਲਤ ਮੰਨਦੇ ਉਹਨਾਂ ਦੀ, ਜੇ ਉਹ ਕਿਤੇ ਬੱਚੇ ਗਲਤ ਨੇ ਉਹਨਾਂ ਨੂੰ ਰੋਕਦੇ ਨੇ, ਗੁਰੇਜ਼ ਕਰਦੇ ਨੇ, ਜੇ ਉਹ ਨਹੀਂ ਮੰਨਦੇ ਫਿਰ ਕਤਲ ਹੁੰਦੇ ਨੇ। ਕੀ ਮੈਨੂੰ ਲੱਗਦਾ ਕਤਲ ਕਰਨਾ ਸਹੀ ਹੈ? ਨਹੀਂ, ਸਹੀ ਨਹੀਂ, ਬਿਲਕੁਲ ਵੀ ਸਹੀ ਨਹੀਂ, ਪਰ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤੱਕ ਕਮੀ ਰਹਿੰਦੀ ਹੈ, ਜਾਂ ਆਪਣੀ ਮਾਪਿਆਂ ਨੂੰ ਸਮਝਾਉਣ 'ਚ ਜਾਂ ਮਾਪਿਆਂ ਦੀ ਆਪਾਂ ਨੂੰ ਸਮਝਣ 'ਚ, ਉਹ ਕਿਤੇ ਨਾ ਕਿਤੇ ਜਨਰੇਸ਼ਨ ਗੈਪ ਹੈ ਉਹਦੇ ਕਰਕੇ ਹੁੰਦੇ ਨੇ, ਹੁਣ ਰੀਜ਼ਨ ਕੀ ਨੇ ਉਹ ਅਲੱਗ ਅਲੱਗ ਨੇ। ਜਾਤ ਦਾ ਰੀਜ਼ਨ ਕਿੰਨਾ ਕੁ ਮੰਨਦੇ ਹੋ ਕਿ ਇਹ ਚੀਜ਼ ਸਾਡੇ ਦਿਮਾਗ ਦੇ ਵਿੱਚੋਂ ਕਿਉਂ ਨਹੀਂ ਨਿਕਲਦੀ ਕਿ ਜੇਕਰ ਗੈਰ ਜਾਤ ਦੇ ਵਿੱਚ ਕੋਈ ਵਿਆਹ ਕਰਵਾ ਰਿਹਾ ਤਾਂ ਉਹ ਚੀਜ਼ ਜਿਹੜੀ ਹੈ ਉਹ ਸਭ ਤੋਂ ਵੱਡਾ ਕਾਰਨ ਬਣਦੀ ਹੈ? ਜਾਤ ਦਾ ਬਹੁਤ ਜ਼ਿਆਦਾ ਰੋਲ ਹੈ ਇਹ ਚੀਜ਼ 'ਚ, ਸਭ ਤੋਂ ਜ਼ਿਆਦਾ ਮੇਰੇ ਹਿਸਾਬ ਨਾਲ ਤਾਂ ਕਤਲੀ ਜਿਹੜੇ ਹੁੰਦੇ ਨੇ ਉਹ ਇਸੇ ਕਰਕੇ ਜਾਤ ਕਰਕੇ ਜਾਂ ਇਕਨੋਮਿਕਲੀ ਜਿਹੜੇ ਵੀਕ ਨੇ ਉਹਨਾਂ ਕਰਕੇ ਹੁੰਦੇ ਨੇ। ਹੋਰ ਵੀ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਹ ਕੀ ਸੋਚਦੇ ਨੇ ਕਿ ਜਿਹੜਾ ਲਵ ਮੈਰਿਜ ਹੈ ਉਹਨੂੰ ਵੀ ਅੱਜ ਕਿਤੇ ਨਾ ਕਿਤੇ ਗੁਨਾਹ ਕਿਉਂ ਮੰਨਿਆ ਜਾਂਦਾ ਹੈ? ਕੀ ਨਾਮ ਹੈ? ਲਖਵੀਰ ਸਿੰਘ। ਲਖਵੀਰ, ਮਾਪਿਆਂ ਦੀ ਮਰਜ਼ੀ ਦੇ ਨਾਲ ਵਿਆਹ ਕਰਵਾਉਣਾ ਚਾਹੀਦਾ ਹਰ ਕਿਸੇ ਨੂੰ, ਪਰ ਫਿਰ ਵੀ ਕਿਤੇ ਨਾ ਕਿਤੇ ਹੋ ਜਾਂਦਾ ਜਦੋਂ ਮਾਪੇ ਸਹਿਮਤੀ ਉਹਨਾਂ ਦੀ ਨਹੀਂ ਬਣਦੀ, ਪਰ ਉਹ ਸਹਿਮਤੀ
ਜਿਨ੍ਹਾਂ ਨੂੰ ਇੱਦਾਂ ਲੱਗਦਾ ਕਿ ਹਾਂ ਸਾਡੀ ਧੀ ਨੇ ਭੱਜ ਕੇ ਵਿਆਹ ਕਰਾ ਲਿਆ, ਉਹਨੇ ਪਤਾ ਨਹੀਂ ਕਿੱਡਾ ਬੜਾ ਕ੍ਰਾਈਮ ਕਰ ਲਿਆ ਜੀ, ਮਤਲਬ ਕਿ ਕੁਛ ਵੀ ਆਪਣੇ ਬੱਚਾ ਪਾਲਿਆ ਇੰਨਾ ਜਿਹਾ ਬੱਚਾ ਪਾਲ ਕੇ ਇੱਦਾਂ ਮਾਰਨਾ ਗਲਤ ਬਾਤ ਹੈ। ਅਣਖਲੀ ਕਰ ਦਿੰਦੇ, ਅਣਖਲੀ ਆਪਣੀ ਮਤਲਬ ਕਿ ਆਪਣੀ ਇਮੇਜ ਉੱਚੀ ਰੱਖਣ ਵਾਸਤੇ, ਆਪਣੇ ਆਪ ਨੂੰ ਮਤਲਬ ਕਿ ਉੱਚਾ ਦਿਖਾਉਣ ਵਾਸਤੇ ਕਿ ਹਾਂ ਪਿੰਡ ਵਾਲੇ ਵੀ ਕਹਿਣਗੇ ਹਾਂ ਇਹ ਕੁੜੀ ਨੇ ਭੱਜ ਕੇ ਵਿਆਹ ਕਰਾਇਆ ਸੀ, ਵੀ ਹਾਂ ਵੀ ਬੰਦੇ ਨੇ ਆਪਣੀ ਕੁੜੀ ਮਾਰ ਦਿੱਤੀ, ਹਾਂ ਪਿੰਡ ਵਾਲੇ ਗੱਲਾਂ ਕਰਨਗੇ ਬੰਦੇ ਬਾਰੇ ਚੰਗੀਆਂ। ਸੋ ਇਹਨਾਂ ਨੇ ਗੱਲ ਕਹੀ ਕਿ ਲੋਕਾਂ ਦੇ ਕਰਕੇ ਜਿਹੜਾ ਇਹ ਵੀ ਬੜਾ ਵੱਡਾ ਰੋਲ ਹੈ ਕਿ ਸਮਾਜ ਦੇ ਡਰ ਤੋਂ ਜਿਹੜਾ ਇਹ ਕਈ ਲੋਕ ਜਾਂ ਸਮਾਜ ਦੇ ਵਿੱਚ ਆਪਣਾ ਜਿਹੜਾ ਇਹ ਨੱਕ ਉੱਚਾ ਰੱਖਣ ਦੇ ਵਾਸਤੇ ਜਿਹੜਾ ਉਹ ਕਤਲ ਕਰ ਦਿੰਦੇ ਨੇ। ਕੀ ਨਾਮ ਹੈ? ਰਾਹੁਲ ਚੌਧਰੀ। ਰਾਹੁਲ, ਤੁਸੀਂ ਕੀ ਸਮਝਦੇ ਹੋ ਕਿ ਜੇਕਰ ਕਿਸੇ ਛੋਟੀ ਜਾਤ ਦੇ ਕੁੜੀ ਮੁੰਡੇ ਦੇ ਨਾਲ ਪਿਆਰ ਹੋ ਜਾਂਦਾ ਹੈ ਉਹ ਗੁਨਾਹ ਕਿਉਂ ਬਣ ਜਾਂਦਾ? ਮੈਮ, ਅਗਰ ਦੋਨਾਂ ਦੀ ਸਹਿਮਤੀ ਹੈ ਤਾਂ ਗੁਨਾਹ ਤਾਂ ਨਹੀਂ ਹੈ ਉਹ, ਪਰ ਜਿਹੜਾ ਸਮਾਜ ਆ ਉਹ ਸੋਚਦਾ ਕਿ ਨਹੀਂ ਉਹ ਸਾਡੇ ਲੋਅਰ ਕਾਸਟ ਦੇ ਨਾਲ, ਅਸੀਂ ਉੱਚੀ ਕਾਸਟ ਦੇ ਹਾਂ, ਜਰਨਲ ਹਾਂ, ਯੇ ਵੋ ਐਸੀ ਵਗੈਰਾ, ਪਰ ਇਹ ਕੁਝ ਹੋਣਾ ਨਹੀਂ ਚਾਹੀਦਾ ਵੈਸੇ। ਪਰ ਗਲਤ ਹੈ, ਹੈ ਬਿਲਕੁਲ ਸਹੀ ਹੈ, ਉਹਨਾਂ ਨੂੰ ਪਿਆਰ ਹੈ, ਉਹ ਕਰਦੇ ਹੈ, ਪਰ ਅੱਗੇ ਨਹੀਂ ਸਮਝਦੇ ਜਿਹੜੇ ਉਹਨਾਂ ਨੂੰ ਕੀ ਬੋਲੇ ਬੰਦੇ। ਕਾਰਨ ਕੀ ਸਮਝਦੇ ਹੋ ਕਿ ਜਿਹੜਾ ਆਪਣੇ ਬੱਚਿਆਂ ਨੂੰ ਜਿਹੜੇ ਐਕਸੈਪਟ ਨਹੀਂ ਕਰ ਪਾਉਂਦੇ ਕਿਸੇ ਹੋਰ ਦੇ ਨਾਲ ਦੇਖ ਕੇ ਅਤੇ ਕਤਲ ਕਰ ਦਿੰਦੇ ਨੇ, ਉਹਦੇ ਪਿੱਛੇ ਕਾਰਨ ਕੀ ਹੈ? ਮੈਮ, ਉਹ ਝੂਠੀ ਹੁੰਦੀ ਸ਼ਾਨ ਹੁੰਦੀ ਹੈ ਨਾ ਜਿਹੜੀ, ਉਹ ਦੇਖਣ ਲਈ ਬਸ, ਕਿ ਲੋਕਾਂ ਨੂੰ ਕਹਿੰਦੇ ਆ ਕਿ ਆਪਾਂ ਕਿਸੇ ਨੂੰ ਕੁੜੀ ਨੂੰ ਮਾਰਤਾ, ਲੋਕ ਕਹਿਣਗੇ ਕਿ ਹਾਂ ਜੀ ਬੰਦੇ ਨੇ ਬੜਾ ਅੱਛਾ ਕੀਤਾ, ਉਹਦੀ ਕੁੜੀ ਨੇ ਕਿਸੇ ਹੋਰ ਨਾਲ ਗੱਲ ਕੀਤੀ ਜਾਂ ਵਿਆਹ ਕੀਤਾ ਅਤੇ ਉਹਨੇ ਕੁੜੀ ਮਾਰਤੀ, ਪਰ ਇੱਦਾਂ ਹੋਣਾ ਨਹੀਂ ਚਾਹੀਦਾ ਵੈਸੇ। ਗਲਤ ਹੈ, ਬਿਲਕੁਲ ਗਲਤ ਹੈ। ਸ਼ੁਕਰੀਆ। ਕੀ ਨਾਮ ਹੈ? ਰਾਜ, ਤੁਸੀਂ ਕੀ ਸਮਝਦੇ ਹੋ ਕਿ ਮਾਪੇ ਜਿਹੜੇ ਆ ਉਹਨਾਂ ਦਾ ਬਹੁਤ ਵੱਡਾ ਹੱਕ ਹੁੰਦਾ ਹੈ ਆਪਣੇ ਬੱਚਿਆਂ ਦੇ ਉੱਪਰ, ਪਰ ਉਹੀ ਮਾਪੇ ਜਿਨ੍ਹਾਂ ਨੇ 20-25 ਸਾਲ ਆਪਣੇ ਬੱਚਿਆਂ ਨੂੰ ਪਿਆਰ ਨਾਲ ਪਾਲਿਆ ਹੁੰਦਾ ਹੈ, ਇੱਕ ਝਟਕੇ ਦੇ ਵਿੱਚ ਜਿਹੜੇ ਉਹ ਕਤਲ ਕਰਵਾ ਦਿੰਦੇ ਨੇ? ਕਿਉਂ? ਆਪਣੀ ਇਨਸਲਟ ਫੇਰ ਉਹ ਕਬੂਲ ਨਹੀਂ ਕਰ ਪਾਉਂਦੇ, ਉਹਨਾਂ ਦੀ ਇਨਸਲਟ ਹੋ ਜਾਂਦੀ ਜਿਸ ਟਾਈਮ, ਇਸ ਕਰਕੇ ਆਪਣੀ ਕਰ ਦਿੰਦੇ ਕਤਲ, ਅਤੇ ਜ਼ਿਆਦਾ ਲੋਕਾਂ ਦੀ ਸ਼ਾਨ ਵਾਸਤੇ, ਆਪਣੀ ਸ਼ਾਨ ਵਾਸਤੇ ਕਰਦੇ ਜ਼ਿਆਦਾ। ਅਤੇ ਤੁਸੀਂ ਕੀ ਸਮਝਦੇ ਹੋ ਕਿ ਜੇਕਰ ਕਿਸੇ ਗੈਰ ਜਾਤ ਦੇ ਕੁੜੀ ਮੁੰਡੇ ਦੇ ਨਾਲ ਪਿਆਰ ਹੋ ਜਾਂਦਾ ਹੈ ਉਹ ਗੁਨਾਹ ਹੈ? ਉਹਨਾਂ ਦੀ ਨਹੀਂ ਹੈ, ਵੈਸੇ ਆਪਣੇ ਇਨਸਲਟ ਵਾਸਤੇ ਕਰ ਦਿੰਦੇ ਨੇ ਫੋਕੀ ਛਾਨ ਖਾਤਰ। ਸੋ ਗੱਲਬਾਤ ਕੀਤੀ ਹੁਣ ਤੱਕ ਜਿੰਨੇ ਵੀ ਲੋਕਾਂ ਦੇ ਨਾਲ, ਸਭ ਨੇ ਕਿਹਾ ਕਿ ਇੱਕ ਫੋਕੀ ਅਣਖ ਦੇ ਖਾਤਰ, ਝੂਠੀ ਸ਼ਾਨ ਦੇ ਖਾਤਰ ਹੀ ਜਿਹੜੇ ਮਾਪੇ ਆ ਉਹ ਇਸ ਚੀਜ਼ ਨੂੰ ਜਿਹੜਾ ਹੈ ਉਹ ਪ੍ਰਵਾਨ ਨਹੀਂ ਕਰ ਪਾਉਂਦੇ ਅਤੇ ਇਸੇ ਕਰਕੇ ਜਿਹੜਾ ਹੈ ਉਹ ਕਤਲ ਕਰ ਦਿੰਦੇ ਨੇ, ਅਤੇ ਨਾਲ ਹੀ ਨਾਲ ਸਮਾਜ ਦਾ ਵੀ ਕਿਤੇ ਨਾ ਕਿਤੇ ਬੜਾ ਵੱਡਾ ਰੋਲ ਹੈ, ਉਸ ਸਮਾਜ ਦੇ ਡਰ ਤੋਂ ਕਹਿ ਲਓ ਜਾਂ ਉਸ ਸਮਾਜ ਦੇ ਵਿੱਚ ਆਪਣੀ ਅਣਖ ਬਣਾਏ ਰੱਖਣ ਦੇ ਖਾਤਰ ਹੀ ਜਿਹੜਾ ਹੈ ਉਹ ਇਸ ਚੀਜ਼ ਨੂੰ ਪ੍ਰਵਾਨਗੀ ਨਹੀਂ ਦਿੰਦੇ ਅਤੇ ਕਤਲ ਕਰ ਦਿੰਦੇ ਨੇ। ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ, ਅਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਗੱਲ ਹੋ ਰਹੀ ਹੈ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਉਣਾ ਗੁਨਾਹ ਕਿਉਂ ਹੈ। ਅੱਜ ਵੀ ਬੇਸ਼ੱਕ ਅਸੀਂ ਜਿਹੜਾ ਹੈ ਉਹ ਆਜ਼ਾਦੀ ਦੇ 70 ਵਰੇ ਮਾਣ ਰਹੇ ਹਾਂ, ਪਰ ਫਿਰ ਵੀ ਆਜ਼ਾਦੀ ਪੂਰਨ ਤੌਰ 'ਤੇ ਜਿਹੜੀ ਹੈ ਉਹ ਸਾਨੂੰ ਨਹੀਂ ਮਿਲੀ ਹੈ, ਕਾਰਨ ਕੀ ਨੇ? ਕੀ ਨਾਮ ਹੈ? ਵਿਨੋਦ। ਵਿਨੋਦ, ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਉਣਾ ਜਾਂ ਗੈਰ ਜਾਤ ਦੇ ਵਿੱਚ ਜਾਂ ਆਪਣੇ ਤੋਂ ਘੱਟ ਜਿਹੜਾ ਕਹਿ ਦਈਏ ਕਿ ਥੋੜ੍ਹੇ ਘੱਟ ਰਿਚ ਫੈਮਿਲੀ ਦੇ ਵਿੱਚ ਵਿਆਹ ਕਰਵਾਉਣਾ ਇੱਕ ਗੁਨਾਹ ਕਿਉਂ ਮੰਨਿਆ ਜਾਂਦਾ? ਇਹ ਇਸ ਕਰਕੇ ਮੰਨਦੇ ਕਿਉਂਕਿ ਆਪਣੇ ਜਿਹੜੇ ਮਾਂ ਪਿਓ ਹੈ ਉਹ ਕਦੇ ਵੀ ਇਸ ਗੱਲ 'ਤੇ ਰਾਜ਼ੀ ਨਹੀਂ ਹੁੰਦੇ, ਉਹ ਇਸ ਕਰਕੇ ਨਹੀਂ ਹੁੰਦੇ ਵੀ ਸਾਡੇ ਤੋਂ ਉੱਤੇ ਹੋ ਕੇ ਬਈ ਜਵਾਕ ਆਪਣੀ ਮਰਜ਼ੀ ਨਾਲ ਕਿਉਂ ਵਿਆਹ ਕਰਾਵੇ, ਵੀ ਅਸੀਂ ਕਿਹੜਾ ਉਹਨਾਂ ਨੂੰ ਵੀ ਉਹਨਾਂ ਬਾਰੇ ਸਹੀ ਸੋਚ ਨਹੀਂ ਰੱਖਦੇ ਇਸ ਕਰਕੇ। ਕੀ ਲੱਗਦਾ ਹੈ ਕਿ ਜ਼ਰੂਰੀ ਹੁੰਦਾ ਹੈ ਕਿ ਹਰ ਜਿਹੜੀ ਚੀਜ਼ ਹੈ ਪੈਸੇ ਦੇ ਨਾਲ ਹੀ ਆਉਂਦੀ ਹੈ? ਨਹੀਂ ਨਹੀਂ, ਹਰੇਕ ਚੀਜ਼ ਪੈਸੇ ਨਾਲ ਨਹੀਂ ਆਉਂਦੀ ਇਸ ਕਰਕੇ, ਕਿਉਂਕਿ ਆਪਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਿਵੇਂ ਮੈਚੋਰ ਹੁੰਦੇ ਆ ਮੁੰਡੇ ਕੁੜੀਆਂ ਵੀ ਆਪਦੇ ਇੱਛਾ ਅਨੁਸਾਰ ਕੁਛ ਕਰ ਸਕਦੇ, ਉਹਨਾਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ, ਬਟ ਆਪਣੇ ਇੱਥੇ ਹੈ ਨਹੀਂ ਉਹ ਜਿਹਾ ਸਿਸਟਮ, ਬਾਹਰ ਮੁਲਕ ਦੇ ਵਿੱਚ ਇਹ ਸਭ ਚੀਜ਼ਾਂ ਜਾਇਜ਼ ਚੱਲਦੀਆਂ ਨੇ। ਤੁਸੀਂ ਗੱਲ ਆਜ਼ਾਦੀ ਦੀ ਕੀਤੀ, ਅਸੀਂ 70 ਵਰ੍ਹੇ ਆਜ਼ਾਦੀ ਦੇ ਮਾਣ ਰਹੇ ਹਾਂ, ਕੀ ਲੱਗਦਾ ਕਿ ਹਰ ਕੰਮ ਕਰਨ ਦੀ ਆਜ਼ਾਦੀ ਹੈ ਸਾਨੂੰ? ਨਹੀਂ, ਪੂਰਨ ਤੌਰ 'ਤੇ ਆਜ਼ਾਦੀ, ਪੂਰਨ ਤੌਰ 'ਤੇ ਆਜ਼ਾਦੀ ਨਹੀਂ ਮਿਲੀ ਹੋਈ ਆਪਾਂ ਨੂੰ। ਜੇ ਆਜ਼ਾਦੀ ਮਿਲ ਵੀ ਜਾਂਦੀ ਤਾਂ ਫਿਰ ਆਪਾਂ ਨੂੰ ਆਪਣੇ ਮੁੰਡਿਆਂ ਨੂੰ ਜਾਂ ਕੁੜੀਆਂ ਨੂੰ ਮਾਰਨ ਤੱਕ ਦੀ ਨੌਬਤ ਤੱਕ ਜਾਣ ਦੀ ਜ਼ਰੂਰਤ ਹੀ ਨਹੀਂ ਹੈ, ਕਿਉਂਕਿ ਜੇ ਉਹ ਵਿਆਹ ਕਰਵਾਉਂਦੇ ਆ ਤਾਂ ਆਪਣੀ ਖੁਸ਼ੀ ਨਾਲ ਵੀ ਕਰਵਾਉਂਦੇ ਆ, ਤਾਂ ਹੈ ਨਹੀਂ ਵੀ ਉਹ ਮਤਲਬ ਉਹਨਾਂ ਦੇ ਮਨ ਦੇ ਵਿੱਚ ਕੋਈ ਭਾਵਨਾ ਹੋਰ ਹੁੰਦੀ ਹੈ ਵੀ ਉਹ ਵਿਆਹ ਕਰਵਾ ਲੈਂਦੇ ਆ। ਕੀ ਸਮਝਦੇ ਹੋ ਕਿ ਜਿਹੜੇ ਮਾਂ ਪਿਓ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਪਿਆਰ ਨਾਲ ਵੱਡਾ ਕਰਦੇ ਨੇ ਇੱਕ ਝਟਕੇ ਦੇ ਵਿੱਚ ਜਦੋਂ ਕਤਲ ਕਰਵਾ ਦਿੰਦੇ ਨੇ, ਉਹਦੇ ਪਿੱਛੇ ਵੱਡਾ ਕਾਰਨ ਕੀ ਸਮਝਦੇ ਹੋ? ਉਹਦੇ ਪਿੱਛੇ ਜੀ ਉਹਨਾਂ ਦੀ ਨਾ ਸਮਝੀ ਹੁੰਦੀ ਹੈ। ਹਾਂ, ਉਹ ਸੋਚਦੇ ਆ ਵੀ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਰਿਲੇਟਿਵ ਵਗੈਰਾ ਉਹਨਾਂ ਨੂੰ ਤਾਨੇ ਮਿਹਣੇ ਦਿੰਦੇ ਆ ਵੀ ਤੁਸੀਂ ਤੁਹਾਡੇ ਜਵਾਕਾਂ ਨੂੰ ਸੰਸਕਾਰ ਨਹੀਂ ਦਿੱਤੇ ਹੈ, ਤਾਂ ਕਰਕੇ ਇਹੋ ਜਿਹੀ ਘਟਨਾਵਾਂ ਹੋ ਰਹੀਆਂ ਨੇ। ਸ਼ੁਕਰੀਆ। ਕੀ ਨਾਮ ਹੈ? ਹੈਰੀ। ਹੈਰੀ, ਤੁਸੀਂ ਕੀ ਸਮਝਦੇ ਹੋ ਕਿ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਉਣਾ ਜਿਹੜਾ ਹੈ ਉਹ ਗੁਨਾਹ ਕਿਉਂ ਬਣ ਗਿਆ? ਬੇਸ਼ੱਕ ਅੱਜ ਬਹੁਤ ਸਾਰੀ ਲਵ ਮੈਰਿਜ ਜਿਹੜੀਆਂ ਹੋ ਰਹੀਆਂ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਹੈ ਉਹ ਕਤਲ ਵੀ ਹੋ ਰਹੇ ਨੇ ਪਿਆਰ ਦੇ ਨਾਮ 'ਤੇ। ਇਹ ਸਾਰਾ ਸੋਸਾਇਟੀ 'ਤੇ ਡਿਪੈਂਡ ਕਰਦਾ ਜੀ, ਕਿਉਂਕਿ 70 ਵਰਸ਼ ਹੋ ਗਏ ਨੇ ਆਪਣੀ ਆਜ਼ਾਦੀ ਨੂੰ, ਬਟ ਆਪਣੀ ਸੋਸਾਇਟੀ ਉਸ ਲੈਵਲ ਤੱਕ ਡਿਵੈਲਪ ਨਹੀਂ ਹੋਈ ਅਜੇ ਤੱਕ, ਅਤੇ ਸੋਸਾਇਟੀ ਬੜਾ ਵੱਡਾ ਬੈਰੀਅਰ ਹੈ, ਕਿਉਂਕਿ ਜਦੋਂ ਕੋਈ ਮੁੰਡਾ ਕੁੜੀ ਆਪਣੀ ਮਰਜ਼ੀ ਨਾਲ ਮੈਰਿਜ
ਹੁਣ ਐਸਾ ਡੈਮੋਕ੍ਰੇਸੀ ਹੈ, ਐਜੂਕੇਟਿਡ ਹੋ ਰਹੇ ਨੇ ਮੁੰਡੇ, ਅਤੇ ਮਾਂ ਪਿਓ ਆਪਦੇ ਪੁਰਾਣੇ ਰੀਤੀ ਰਿਵਾਜ਼ ਜਾਂ ਅਣਖ ਕਹਿ ਅਤੇ ਉਹ ਸੋਚਦੇ ਨੇ ਵੀ ਸਾਡੀ ਮਰਜ਼ੀ ਤੋਂ ਬਗੈਰ ਜਾਂ ਬਿਨਾਂ ਪੁੱਛੇ ਕਿੱਦਾਂ ਮੈਰਿਜ ਕਰਾ ਲਈ, ਇਹ ਬੜਾ ਵੱਡਾ ਫੈਕਟਰ ਹੈ। ਯਾਨੀ ਕਿ ਮੰਨਦੇ ਹੋ ਕਿ ਸੁਸਾਇਟੀ ਬੜਾ ਵੱਡਾ ਰੋਲ ਅਦਾ ਕਰਦੀ ਹੈ ਅਤੇ ਉਹਦੇ ਕਰਕੇ ਜਿਹੜੇ ਮਾਂ ਪਿਓ ਕਿਤੇ ਦਬਾਅ 'ਚ ਵੀ ਆਉਂਦੇ ਨੇ? ਯੈਸ, ਸੁਸਾਇਟੀ ਬੜਾ ਮੇਨ ਰੋਲ ਪਲੇ ਕਰਦੀ ਹੈ, ਪੜੋਸੀ ਰਿਸ਼ਤੇਦਾਰ ਇਹ ਸਾਰੇ ਮੈਟਰ ਕਰਦੇ ਨੇ। ਮਤਲਬ ਯਾਨੀ ਕਿ ਜੇ ਤਾਂ ਸਾਡਾ ਆਸ ਪਾਸ ਦਾ ਔਰਾ ਜਿਹੜਾ ਹੈ ਉਹ ਚੰਗਾ ਹੋਵੇ ਤਾਂ ਫਿਰ ਸਾਡੀ ਵੀ ਸੋਚ ਡੈਵਲਪ ਹੁੰਦੀ ਹੈ। ਹਾਂਜੀ ਹਾਂਜੀ, ਸੁਸਾਇਟੀ ਕੀ ਹੈ, ਸੁਸਾਇਟੀ ਕਿਹਨੇ ਤੋਂ ਬਣਦੀ ਹੈ? ਪੜੋਸੀਆਂ ਤੋਂ, ਆਪਣੇ ਆਪ ਤੋਂ। ਸੁਸਾਇਟੀ ਤਾਂ ਇਹੀ ਹੈ ਨਾ, ਸੁਸਾਇਟੀ 'ਚ ਕੌਣ ਰਹਿੰਦਾ? ਅਸੀਂ ਲੋਕੀ ਰਹਿੰਦੇ ਹਾਂ, ਤੁਸੀਂ ਰਹਿੰਦੇ ਹੋ, ਆਸ ਪੜੋਸੀ ਰਿਸ਼ਤੇਦਾਰ, ਤਾਂ ਹੀ ਸੁਸਾਇਟੀ ਬਣਦੀ ਹੈ। ਅਤੇ ਅਸੀਂ ਥੋੜ੍ਹਾ ਡਿਵੈਲਪ ਹੋਵਾਂਗੇ ਤਾਂ ਸੁਸਾਇਟੀ ਆਪਣੇ ਆਪ ਹੀ ਡਿਵੈਲਪ ਹੋਏਗੀ। ਹੁਣ ਜਿਹੜੀ ਹੈ ਸਾਡੇ ਵਾਲੀ ਜਨਰੇਸ਼ਨ ਹੈ, ਇਸ ਤੋਂ ਅਗਲੀ ਗੱਲ ਕਰੀਏ ਜੋ ਹੁਣ ਜਨਰੇਸ਼ਨ ਆ ਰਹੀ ਹੈ, ਆਟੋਮੈਟਿਕ ਡਿਵੈਲਪ ਆਏਗੀ। ਬਹੁਤ ਬਹੁਤ ਸ਼ੁਕਰੀਆ। ਸੋ ਇਹਨਾਂ ਦੇ ਨਾਲ ਗੱਲਬਾਤ ਕੀਤੀ, ਇਹਨਾਂ ਨੇ ਕਿਹਾ ਕਿ ਫੋਕੀ ਅਣਖ ਦੇ ਕਰਕੇ ਜਿਹੜਾ ਇਹ ਕਤਲ ਕੀਤੇ ਜਾਂਦੇ ਨੇ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਸੀਂ। ਕੀ ਨਾਮ ਹੈ ਆਂਟੀ? ਆਈ ਐਮ ਸੰਗੀਤਾ ਕੋਲ, ਆਈ ਐਮ ਮਿਊਨਿਸਪਲ ਕੌਂਸਲਰ। ਹਾਂਜੀ ਸੰਗੀਤਾ ਜੀ, ਅਸੀਂ ਗੱਲ ਕਰ ਰਹੇ ਹਾਂ ਕਿ ਅੱਜ ਵੀ ਬੇਸ਼ੱਕ ਅਸੀਂ ਆਜ਼ਾਦੀ ਦੇ 70 ਵਰੇ ਮਾਣ ਰਹੇ ਹਾਂ, ਪਰ ਫਿਰ ਵੀ ਕਿਤੇ ਨਾ ਕਿਤੇ ਗੈਰ ਜਾਤ 'ਚ ਵਿਆਹ ਕਰਾਉਣਾ, ਆਪਣੇ ਤੋਂ ਛੋਟੀ ਜਿਹੜੀ ਕਮਾਈ ਕਰਨ ਵਾਲੇ ਮੁੰਡੇ ਕੁੜੀ ਨਾਲ ਵਿਆਹ ਕਰਵਾ ਲੈਣਾ, ਉਹ ਮਾਪਿਆਂ ਨੂੰ ਗਵਾਰਾ ਕਿਉਂ ਨਹੀਂ ਹੈ? ਦੇਖੋ ਜੀ, ਇੱਦਾਂ ਆਲ ਆਰ ਹਿਊਮਨ ਬੀਂਗਸ, ਜੇ ਬੱਚਾ ਲਵ ਮੈਰਿਜ ਦੇ ਵਿੱਚ ਪੈ ਗਿਆ ਅਤੇ ਬੱਚੇ ਨੂੰ ਫੈਮਿਲੀ ਨੂੰ ਅਕਸੈਪਟ ਕਰਨਾ ਚਾਹੀਦਾ ਹੈ, ਨਾ ਕਿ ਉਹਦਾ ਬੱਚੇ ਦਾ ਕਤਲ ਕਰਾਓ ਜਾਂ ਲੜਕੇ ਦਾ ਕਰਾਓ ਜਾਂ ਲੜਕੀ ਦਾ ਕਰਾਓ, ਉਹ ਨਹੀਂ ਹੋਣਾ ਚਾਹੀਦਾ ਜੀ। ਆਲ ਆਰ ਹਿਊਮਨ ਬੀਂਗਸ, ਇਸਮੇ ਕਿਆ ਜਾਤ ਪਾਤ ਤਾਂ ਕੋਈ ਨਹੀਂ ਹੁੰਦਾ, ਕੋਈ ਇਸ਼ੂ ਨਹੀਂ ਹੈਗਾ। ਅੱਜ ਕੱਲ੍ਹ ਇੰਨੇ ਅਸੀਂ 70 ਸਾਲ ਉਹਦੇ ਮਨਾ ਰਹੇ ਹਾਂ ਅਤੇ ਜਾਤ ਪਾਤ ਤਾਂ ਹੋਣੀ ਨਹੀਂ ਚਾਹੀਦੀ ਹੁਣ ਤੱਕ ਤਾਂ। ਅਤੇ ਕੀ ਲੱਗਦਾ ਕਿ ਜਿਹੜੇ ਮਾਂ ਪਿਓ ਫੋਕੀ ਅਣਖ ਦੇ ਕਰਕੇ ਆਪਣੇ ਬੱਚਿਆਂ ਨੂੰ ਕਤਲ ਕਰਵਾ ਦਿੰਦੇ ਨੇ, ਉਹ ਮਾਂ ਪਿਓ ਗਲਤ ਹੈ ਜੀ। ਉਹ ਮਾਂ ਪਿਓ ਨੂੰ ਆਪਣਾ ਨਾ ਆਪਣਾ ਫੋਕਸ ਚੇਂਜ ਕਰਨਾ ਚਾਹੀਦਾ। ਅਤੇ ਸੁਸਾਇਟੀ ਕਿੰਨਾ ਕੁ ਰੋਲ ਨਿਭਾਉਂਦੀ ਹੈ, ਤੁਸੀਂ ਕੀ ਸਮਝਦੇ ਹੋ? ਕਿ ਕਈ ਵਾਰ ਅਸੀਂ ਦੇਖਿਆ ਹੈ ਕਿ ਮਾਂ ਪਿਓ ਸੁਸਾਇਟੀ ਦੇ ਦਬਾਅ ਦੇ ਵਿੱਚ ਆਣ ਕੇ ਕਹਿ ਦਿੰਦੇ ਨੇ ਕਿ ਨਹੀਂ, ਸਮਾਜ ਨੂੰ ਇਹ ਗਵਾਰਾ ਨਹੀਂ ਹੋ ਗਿਆ, ਇਸ ਕਰਕੇ ਮੈਂ ਆਪਣੇ ਬੱਚੇ ਦਾ ਗਲਾ ਘੁੱਟ ਦਿੱਤਾ। ਨਹੀਂ, ਉਹ ਗਲਤ ਕਰਦੇ ਨੇ, ਜਿਹੜੇ ਕਿ ਸੁਸਾਇਟੀ ਨੂੰ ਅਕਸੈਪਟ ਕਰਨਾ ਚਾਹੀਦਾ ਬੱਚਿਆਂ ਦਾ, ਜੋ ਬੱਚੇ ਅੱਜ ਕੱਲ੍ਹ ਜਾਂ ਤਾਂ ਉੱਦਾਂ ਦੇ ਬੱਚਿਆਂ ਨੂੰ ਇੱਦਾਂ ਦਾ ਪਰਵਰਿਸ਼ ਨਾ ਕਰੋ ਜਿਹੜਾ ਬੱਚੇ ਇਸ ਤਰ੍ਹਾਂ ਲਵ ਮੈਰਿਜ ਕਰ ਲੈਣ ਜੀ, ਬੱਚੇ ਨੂੰ ਇੰਨੀ ਖੁੱਲ੍ਹੀ ਛੁੱਟੀ ਵੀ ਨਾ ਦਿਓ, ਜੇ ਬੱਚੇ ਨੇ ਸੈਪ ਚੁੱਕ ਲਿਆ ਤਾਂ ਉਹਨੂੰ ਅਕਸੈਪਟ ਕਰੋ, ਨਾ ਕਿ ਮਾਰਦੇ ਹੋ। ਮਾਰਨਾ ਬਹੁਤ ਗਲਤ ਹੈ, ਔਰ ਹਿਊਮਨ ਬੀਂਗ ਆ ਹੀ ਕਹਿੰਦਾ ਵੀ ਤੁਸੀਂ ਅਕਸੈਪਟ ਕਰੋ ਔਰ ਤੁਸੀਂ ਆਪਣੇ ਬੱਚੇ ਨੂੰ ਆਪਣੇ ਪਿਆਰ ਮੁਹੱਬਤ ਨਾਲ ਉਹਨੂੰ ਟੈਕਲ ਕਰੋ। ਬਹੁਤ ਸਹੀ ਗੱਲ ਕਿ ਜਾਂ ਤਾਂ ਮਾਪੇ ਜਿਹੜੇ ਆ ਆਪਣੇ ਬੱਚਿਆਂ ਨੂੰ ਸ਼ੁਰੂਆਤ ਤੋਂ ਹੀ ਜਿਹੜਾ ਹੈ ਉਸ ਤਰੀਕੇ ਦੇ ਨਾਲ ਰੱਖਣ ਕਿ ਬੱਚਾ ਜਿਹੜਾ ਹੈ ਉਹ ਗਲਤ ਕਦਮ ਕੋਈ ਨਾ ਚੁੱਕੇ, ਪਰ ਜੇਕਰ ਬੱਚੇ ਨੇ ਆਪਣੀ ਮਰਜ਼ੀ ਦੇ ਨਾਲ ਜਿਹੜਾ ਵਿਆਹ ਕਰ ਲਿਆ ਤਾਂ ਉਹਨੂੰ ਅਕਸੈਪਟ ਕਰਨ, ਕਿਉਂਕਿ ਬੱਚੇ ਦੀ ਖੁਸ਼ੀ ਦੇ ਵਿੱਚ ਵੀ ਜਿਹੜਾ ਹੈ ਉਹ ਮਾਪਿਆਂ ਦੀ ਖੁਸ਼ੀ ਹੁੰਦੀ ਹੈ, ਨਾ ਕਿ ਜਿਹੜਾ ਹੈ ਉਹਨੂੰ ਕਤਲ ਕਰ ਦਿੱਤਾ ਜਾਵੇ। ਕੀ ਨਾਮ ਹੈ? ਨੰਦ ਲਾਲ ਜੀ, ਤੁਸੀਂ ਕੀ ਸਮਝਦੇ ਹੋ ਕਿ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ, ਅਤੇ ਜਿਹੜੇ ਮਾਂ ਪਿਓ ਆਪਣੇ ਬੱਚਿਆਂ ਦਾ ਕਤਲ ਕਰ ਦਿੰਦੇ ਨੇ ਉਹਨਾਂ ਬਾਰੇ ਬੇਸ਼ੱਕ ਜੋ ਕਦਮ ਬੱਚਿਆਂ ਨੇ, ਅਸੀਂ ਇਹ ਬਾਰ ਬਾਰ ਉਹ ਗੱਲ ਕਹਿ ਰਹੇ ਹਾਂ ਕਿ ਅਸੀਂ ਕਿਸੇ ਦੇ ਗਲਤ ਕਦਮ ਦੀ ਹਿਮਾਇਤ ਨਹੀਂ ਕਰਦੇ, ਅਸੀਂ ਖੁਦ ਇਹ ਕਹਿੰਦੇ ਹਾਂ ਕਿ ਮਾਪਿਆਂ ਦੀ ਸਹਿਮਤੀ ਦੇ ਨਾਲ ਹੀ ਜਿਹੜਾ ਹੈ ਉਹ ਹਰ ਕਦਮ ਚੁੱਕਣਾ ਚਾਹੀਦਾ, ਪਰ ਜੇਕਰ ਬੱਚਿਆਂ ਨੇ ਕੋਈ ਅਜਿਹਾ ਕਦਮ ਚੁੱਕ ਵੀ ਲਿਆ ਹੈ ਤਾਂ ਮਾਪਿਆਂ ਨੂੰ ਜਿਹੜਾ ਹੈ ਥੋੜ੍ਹੀ ਸਮਝਦਾਰੀ ਦਿਖਾਉਂਦੇ ਹੋਏ ਉਹਨਾਂ ਨੂੰ ਅਕਸੈਪਟ ਕਰਨਾ ਚਾਹੀਦਾ, ਨਾ ਕਿ ਆਪਣੀ ਫੋਕੀ ਅਣਖ ਦੇ ਕਰਕੇ ਕਤਲ ਕਰ ਦੇਣਾ ਚਾਹੀਦਾ ਹੈ। ਫਿਲਹਾਲ ਰੁਕਦਿਆਂ ਖੋਰ ਛੋਟੇ ਜਿਹੇ ਬ੍ਰੇਕ ਦੇ ਲਈ, ਤੁਸੀਂ ਦੇਖਦੇ ਰਹੋ ਜਾਸ ਪੰਜਾਬੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਅਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਗੱਲ ਹੋ ਰਹੀ ਹੈ ਕਿ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਉਣਾ ਜਿਹੜਾ ਉਹ ਗੁਨਾਹ ਕਿਉਂ ਮੰਨਿਆ ਜਾਂਦਾ ਹੈ ਅਜੇ ਵੀ, ਜਦੋਂ ਅਸੀਂ 70 ਸਾਲ ਆਜ਼ਾਦੀ ਦੇ ਬੜੇ ਸ਼ੌਂਕ ਦੇ ਨਾਲ ਅਸੀਂ ਕਹਿੰਦੇ ਕਿ ਅਸੀਂ ਮਾਣ ਰਹੇ ਹਾਂ ਸੰਵਿਧਾਨ ਦੇ ਵਿੱਚ ਲਿਖੇ ਜਿਹੜੇ ਹੱਕ ਹੈ ਸਾਨੂੰ ਕਿੰਨੇ ਕੁ ਮਿਲੇ ਨੇ? ਕੁੜੀਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਉਹ ਕੀ ਸੋਚਦੇ ਨੇ। ਕੀ ਨਾਮ ਹੈ? ਬਾਰਬੀ। ਬਾਰਬੀ, ਬਾਰਬੀ ਡੋਲ, ਬਾਰਬੀ ਡੋਲ, ਬਾਰਬੀ। ਬਾਰਬੀ ਜਦੋਂ ਫੀਮੇਲਸ ਦੀ ਗੱਲ ਆਉਂਦੀ ਹੈ, ਕੁੜੀਆਂ ਦੀ ਗੱਲ ਆਉਂਦੀ ਹੈ, ਕੀ ਸਮਝਦੇ ਹੋ ਕਿ ਪੂਰੀ ਤਰ੍ਹਾਂ 'ਤੇ ਇੰਡੀਪੈਂਡੈਂਟ ਹੋ? ਹਾਂ, ਹਮ ਤੋਂ ਹੈ ਇੰਡੀਪੈਂਡੈਂਟ ਹੈ, ਅੱਛੀ ਫੈਮਿਲੀ ਸੇ ਬਿਲੋਂਗ ਕਰਤੇ ਹੈ, ਤੋ ਮੇਰੇ ਹਾਲ ਸੇ ਯੇ ਸਭ ਗਲਤ ਹੈ ਕਿ ਆਪ ਉਨਕੋ ਮਾਰ ਦੇਤੇ ਹੋ, ਤੋ ਐਸਾ ਨਹੀਂ ਕਰਨਾ ਚਾਹੀਏ। ਔਰ ਇੰਟਰਕਾਸਟ ਮੈਰਿਜ ਅੱਛੀ ਹੋਤੀ ਹੈ, ਮਤਲਬ ਅਗਰ ਆਪ ਇੱਕ ਦੂਸਰੇ ਸੇ ਪਿਆਰ ਕਰਤੇ ਹੋ ਤੋ ਆਪਕੋ ਕਰ ਲੈਣੀ ਚਾਹੀਏ, ਰਿਸਟ੍ਰਿਕਸ਼ਨਸ ਵਗੈਰਾ ਪੇਰੈਂਟਸ ਕੋ ਨਹੀਂ ਲਗਾਉਣੇ ਚਾਹੀਏ, ਔਰ ਮਾਰਨਾ ਤੋ ਬਿਲਕੁਲ ਵੀ ਨਹੀਂ ਚਾਹੀਏ ਕਿਸੀ ਲੜਕੀ ਕੋ, ਉਨਕੀ ਵੀ ਲਾਈਫ ਹੋਤੀ ਹੈ, ਉਨਕੋ ਵੀ ਜੀਣਾ ਹੋਤਾ ਹੈ। ਅਤੇ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਇੰਟਰਕਾਸਟ ਮੈਰਿਜ ਦਾ ਸੁਣਨ ਤੋਂ ਬਾਅਦ ਮਾਰ ਦਿੰਦੇ ਨੇ, ਰੀਜ਼ਨ ਕੀ ਸਮਝਦੇ ਹੋ ਕਿ ਉਹਦੇ ਪਿੱਛੇ ਵੱਡਾ ਕਾਰਨ ਕੀ ਹੈ? ਸੋਸਾਇਟੀ ਹੈ, ਅਬ ਉਨਕੀ ਥਿੰਕਿੰਗ ਅਲੱਗ ਹੋਤੀ ਹੈ, ਸਬਕੀ ਮੈਂਟੈਲਿਟੀ ਅਲੱਗ ਹੋਤੀ ਹੈ, ਉਨਕੋ ਯੇ ਲੱਗਤਾ ਹੈ ਕਿ ਅਗਰ ਉਨ੍ਹੋਂ ਨੇ ਇੰਟਰਕਾਸਟ ਮੈਰਿਜ ਕਰ ਲਈ ਤੋ ਵੋ
गलत सोचेंगे, उनके बारे में बातें करेंगे, तो इसलिए उनको मार दिया जाता है। यानी कि सोसाइटी एक बहुत बड़ा प्रेशर है। हाँ जी हाँ जी, सोसाइटी। तो वैसे तुसी की समझ दो कि अपनी इंटरकास्ट दे विच अपनी तो गैर जाते नाल व्याह करवाना गलत है? नहीं, बिल्कुल भी गलत नहीं है। अब सोसाइटी चेंज हो रही है, सब चेंज हो रहे हैं, तो वो भी तो इंसान ही है, वो इंटरकास्ट, वो भी तो एक लड़का ही है, वो भी तो एक लड़की है। अब उनको थोड़ा ना पता था कि वो वहाँ उनकी मतलब उसमें पैदा हो जाएंगे। बिल्कुल, इन्होंने सही गल कही कि जात के नाम से तो घट्टो घट जोड़ा है इस तरीके के नाल कतल जोड़े वो नहीं होने चाहिए। की नाम है? हाँ जी, मेरा नाम प्राची। प्राची, तुसी की समझते हो कि ये जड़ियाँ पुरानिया रीति रिवाजा वो अज भी साड़ी सोच के उपर किनिया कपारी ने? सोच बदलना लोगों की बहुत मुश्किल है। सोसाइटी हमारी ऐसी बनी हुई है कि हमें लगता है कि बस जो नॉर्म्स बने हुए हैं वही सही हैं। तो हमारे पहले माना जाता था कि इंटरकास्ट मैरिज बहुत गलत है कि दो, बट आजकल लोग गर्ल्स भी इंडिपेंडेंट है, बॉयज़ भी इंडिपेंडेंट है। अगर वो इंडिपेंडेंटली अपना फैसला लेना चाहते हैं तो इट्स ऑल राइट। मतलब हमें 18 साल के बाद राइट दे दिए जाते हैं कि हम खुद से कर सकते हैं। तो ये कोई बनता नहीं है पेरेंट्स को कि मार देना लड़कियों को, और ख़ासकर लड़कियों के ऊपर ही दोष आता है कि अगर उन्होंने कुछ गलत किया, कुछ भी हो, लड़कों को कुछ कहता ही नहीं है, लड़कियों के ऊपर ही आती है चीज़ कि तुम नहीं फंसाया है। बट ये गलत है, क्योंकि आजकल सभी मैच्योर हो जाते हैं, 18 के बाद अपने फैसले ले सकते हैं, तो उनके ऊपर छोड़ देना चाहिए कि वो अपना फैसला, अपनी ज़िंदगी उन्हें बितानी है ना ज़िंदगी, तो उन्हें पता है कि कौन सा सही है, क्या सही है उनके लिए, तो ये उनके ऊपर होना चाहिए। ये बिल्कुल गलत है कि लड़की को मार देना। सोसाइटी कितना रोल प्ले करती है? सोसाइटी का ही तो सबसे बड़ा रोल है, क्योंकि अगर पेरेंट्स इसी बात से वो अपने बच्चों से प्यार तो ऑब्वियसली सारे पेरेंट्स करते हैं, बट अगर लड़की शादी कर ले तो सोसाइटी उसे मार ही देगी वैसे भी, तो पेरेंट्स मार दे वो अच्छा है। पहले सोसाइटी वैसे ही ताने दे देगी, मार देगी वो, हर पल मरना इस एक साथ मरने से अच्छा तो पल पल मरने से अच्छा ही है ना। बहुत शुक्रिया। सो बिल्कुल, इन्होंने एक बहुत वड्डी गल कही है कि रोज़ रोज़ मरण के नालों सोसाइटी के ताने जड़े आ वो अपने बच्चों ना मिलन, ये भी एक वड्डा कारण है कि कई मापे तो सिर्फ इस करके भी अपने बच्चों का गला घुट देंगे ने कि मेरी बेटी जी है, मेरी धी जी है, उन्होंने सोसाइटी के हर रोज़ ताने ना सुनने मिलन, इस करके भी जोड़ा एक कदम चुक लिया जाता है। होर भी लोगों के नाल गलबात करांगे कि आखिरकार वो की सोचते हैं, होर भी लोगों के नाल गलबात करांगे, पूरा परिवार साडे नाल खड़ा है, उन्होंने गलबात करांगे कि आखिरकार वो की सोचते हैं कि अपनी मर्जी के नाल व्याह करवाना कितना जायज़ है या नहीं। की नाम है जी? मेरा नाम जगदेव सिंह। जगदेव सिंह जी, तुसी की समझते हो कि अपनी मर्जी के नाल व्याह करवाना सही है? सही है जी, कितना कितने तो सही है, पर अपने माँ बाप की इज्जत खराब करना गलत है। अगर तुसी अपनी मर्जी ने बह के अपने पेरेंट्स नाल सांझी करो, उन्होंने नाल गलबात, उन्होंने तुसी मोटिवेट करो भी असीं इदां करना चाहते हैं, ये बिल्कुल राइट है। इंटरकास्ट मैरिज एक वड्डा क्यों बनया होया? कास्ट प्यार दी कोई कास्ट ही नहीं हुंदी है, अगर तुसी प्यार करदे हो तो कास्ट दा मतलब ही खत्म, कास्ट दा कोई मतलब नहीं। लोग समाज जेड़ा है वो इंटरकास्ट नु इन्ना बुरी नजर ना क्यों देखदा है? वो तो हुण अपनी अपनी सोच है, पिंडां दी सोच लै दी है, शहरां दी सोच दे चलो कोई नहीं, बच्चे कुछ चाहिए। वैसे अजकल 90% लोगों दी बच्चे खुश है, लभने लवाने अपनी पसंद लभदे करा लो, अगर अपने घर दे रजामंद करके तुसीं करांदे हो तां इहदे विच कोई गुनाह वाली गल नहीं। की अणख करके जिहड़े समाज करके या कई होर कारण करके जिहड़े मापे अपने बच्चों का कतल करवा देंदे आ? नहीं, वो तो सरासर गलत है जी। जे अजकल तुसीं अपने बच्चे नूं कदे पहले तो उन्होंने जम के पाल के एडे वड्डे किया, विआह तो तुसीं भी तो कराना सी, अगले ने अपनी मर्जी उन्होंने मारन दा कोई कम नहीं, बहिष्कार कर दो, तुसीं नंब लाओ उन्होंने, उन्होंने अपनी लाइफ जीण दिओ, तुसीं भी तो अपने माँ बाप ने जम के छड़ता सी, तुसीं अपने अपने कम्मां धंदे च लगे अपना परिवार पाल, उन्होंने अपना नाम उन्होंने वरतों मरवाण वाला तो कोई ये कोई जायज थोड़ी नहीं। छोटी कास्ट की कुड़ी ने व्याह करा लिया, वो कितने ना कितने ईगो ही है। ਮੇਰਾ ਨਾਮ ਅਨੂ ਜੀ। ਅਨੂ ਜੀ, ਤੁਸੀਂ ਕੀ ਸਮਝਦੇ ਹੋ ਕਿ ਬੱਚੇ ਜੇਕਰ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂਦੇ ਨੇ ਸਹੀ ਹੈ ਜਾਂ ਗਲਤ? ਬਿਲਕੁਲ ਬਿਲਕੁਲ ਸਹੀ ਹੈ ਜੀ, ਕਿਉਂਕਿ ਆਪਣੀ ਲਾਈਫ ਆ, ਪੜ੍ਹੇ ਲਿਖੇ ਬੱਚੇ ਆ ਅਸੀਂ, ਪੜ੍ਹੇ ਲਿਖੇ ਸਾਡੇ ਬੱਚੇ ਆ, ਤਾਂ ਕੁਛ ਵੀ ਉਹਨਾਂ ਲਈ ਕੋਈ ਨਹੀਂ ਹੈ ਕਿ ਅਗਲੇ ਆਪਣੀ ਜੋਬ ਕਰਦੇ ਆ, ਕੁਛ ਵੀ ਕਰਦੇ, ਆਪਣੇ ਪੈਰਾਂ 'ਤੇ ਖੜੇ ਆ, ਕੁਛ ਵੀ ਕਰ ਸਕਦੇ ਆ, ਆਪਣੇ ਮਾਂ ਪਿਓ ਦੀ ਇਜਾਜ਼ਤ ਨਾਲ ਕੁਛ ਵੀ ਕਰ ਸਕਦੇ ਆ ਅਗਲੇ। ਜਾਤ ਇੱਕ ਵੱਡਾ ਵਿਵਾਦ ਕਿਉਂ ਬਣਿਆ ਹੋਇਆ? ਜਾਤ ਪਾਤ ਅੱਜ ਕੱਲ੍ਹ ਕੁਛ ਨਹੀਂ ਹੈ ਜੀ, ਬੱਚੇ ਕੰਮ ਕਰਦੇ ਹੋਣ, ਸਾਰੇ ਕੁਝ ਆਪਣੇ ਸੈਟਲ ਹੋ ਸਕਦੇ ਆ, ਫਿਰ ਜਾਤ ਬਰਾਦਰੀ ਨਾਲ ਕੋਈ ਲਿੰਕ ਨਹੀਂ ਹੈ। ਜਾਤ ਬਰਾਦਰੀ ਆਪਾਂ ਲੋਕ ਬਣਾਉਂਦੇ ਹਾਂ, ਆਪਾਂ ਹੀ ਬਣਾਉਂਦੇ ਹਾਂ, ਫਿਰ ਜੇ ਆਪਾਂ ਹੀ ਕਰਾਂਗੇ ਤਾਂ ਫਿਰ ਜਾਤ ਬਰਾਦਰੀ ਤਾਂ ਆਪ ਹੀ ਲੜਾਈ ਹੋਣੀ ਹੈ। ਜਿਹੜੇ ਲੋਕ ਆਪਣੇ ਬੱਚਿਆਂ ਦਾ ਫੋਕੀ ਅਣਖ ਕਰਕੇ ਕਤਲ ਕਰ ਦਿੰਦੇ ਨੇ, ਉਹਦੇ ਪਿੱਛੇ ਕੀ ਕਾਰਨ ਸਮਝਦੇ ਹੋ? ਉਹ ਆਪਣੀ ਆਕੜ ਵੀ, ਅਸੀਂ ਆਕੜ 'ਚ ਆ ਵੀ ਸਾਡਾ ਰੁਤਬਾ, ਸਾਨੂੰ ਕੀ ਕਹਿਣਗੇ ਲੋਕ, ਵੀ ਅਸੀਂ ਤਦ ਕਰਦੇ ਹਾਂ, ਆਕੜ ਮੰਨੀ ਜਾਂਦੀ ਉਹਨਾਂ ਚੀਜ਼ਾਂ ਦੀ।
ਛੋਟੀ ਜਾਤ ਵੱਡੀ ਜਾਤ ਦਾ ਵੀ ਕੋਈ ਹੋਰ ਕੋਈ ਨਹੀਂ। ਇਹਨਾਂ ਨੇ ਬਿਲਕੁਲ ਸਹੀ ਗੱਲ ਕਹੀ ਕਿ ਮਾਪਿਆਂ ਦੀ ਮਰਜ਼ੀ ਦੇ ਨਾਲ ਜੇਕਰ ਬੱਚੇ ਸਹੀ ਹੋਣ, ਦੋਵੇਂ ਪਰਿਵਾਰ ਸਹੀ ਹੋਣ, ਤਾਂ ਕਦੇ ਮਾਪੇ ਵੀ ਜਿਹੜਾ ਹੈ ਆਪਣੇ ਬੱਚਿਆਂ ਨੂੰ ਨਹੀਂ ਮਨਾ ਕਰਦੇ, ਪਰ ਫਿਰ ਵੀ ਜੇਕਰ ਬੱਚੇ ਆਪਣੀ ਮਰਜ਼ੀ ਦੇ ਨਾਲ ਕੋਈ ਜੀਵਨ ਸਾਥੀ ਜਿਹੜਾ ਹੈ ਉਹ ਚੁਣ ਲੈਂਦੇ ਨੇ, ਉਹਦਾ ਮਤਲਬ ਇਹ ਨਹੀਂ ਕਿ ਕਤਲ ਕਰ ਦਿੱਤਾ ਜਾਣਾ ਚਾਹੀਦਾ। ਕੀ ਨਾਮ ਹੈ ਜੀ? ਨੀਰਜ। ਨੀਰਜ, ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਫੋਕੀ ਅਣਖ ਕਰਕੇ ਆਪਣੇ ਬੱਚਿਆਂ ਨੂੰ, ਜਿਹਨਾਂ ਨੂੰ ਪਾਲਿਆ ਹੁੰਦਾ ਇੰਨੇ ਪਿਆਰ ਨਾਲ, ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ, ਕਿੰਨਾ ਕੁ ਜਾਇਜ਼ ਹੈ? ਦੇਖੋ ਜੀ, ਅੱਜ ਕੱਲ੍ਹ ਦੇ ਤੇਜ਼ ਧਾਰ ਜ਼ਮਾਨੇ ਦੇ ਵਿੱਚ ਅਸੀਂ ਬੱਚਿਆਂ 'ਤੇ ਆਪਣੀ ਜਿਹੜੀ ਮਨਮਾਨੀ ਨਹੀਂ ਥੋਪ ਸਕਦੇ, ਕਿਉਂਕਿ ਆਊਟ ਆਫ ਕੰਟਰੀਆਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਬੱਚਿਆਂ ਨੂੰ ਇੱਕ ਪਹਿਲ ਤੌਰ 'ਤੇ ਰੱਖਿਆ ਜਾਂਦਾ ਹੈ ਕਿ ਹਾਂ ਬੱਚੇ ਦੀ ਜਿਹੜੀ ਜ਼ਿੰਦਗੀ ਹੈ ਜਾਂ ਬੱਚੇ ਦੀ ਜਿਹੜੀ ਲਾਈਫ ਹੈ ਉਹਨੂੰ ਪਹਿਲ ਤੌਰ 'ਤੇ ਹੀ ਰੱਖਿਆ ਜਾਵੇ, ਕਿਉਂਕਿ ਲੜਕੀ ਅੱਜ ਕੱਲ੍ਹ ਹੁਣ ਕੀ ਹੋ ਰਿਹਾ ਕਿ ਲੜਕੀ ਦੇ ਮਾਪੇ ਇਸ ਚੀਜ਼ ਨੂੰ ਸਮਝਣ ਲੱਗ ਗਏ ਕਿ ਹਾਂ ਜਿਹੜਾ ਸਾਡਾ ਬੱਚਾ ਇਸ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਹੱਕ ਹੈਗਾ ਹੈ। ਬਾਕੀ ਦੈਟਸ ਆਲ, ਹੁਣ ਤੱਕ ਇਸ ਚੀਜ਼ ਬਾਰੇ ਡਿਸਕਸ ਕਰਨ, ਹਾਂ ਪਿੰਡਾਂ ਪੁੰਡਾਂ ਦੇ ਵਿੱਚ ਇਹ ਚੀਜ਼ਾਂ ਨੂੰ ਮੰਨੀਆਂ ਮਾਇਨੇ ਰੱਖਦੀਆਂ ਹੈ ਜਾਂ ਆਪਣੇ ਸੰਸਕਾਰ ਦੇ ਉੱਪਰ ਹੁੰਦਾ ਹੈ, ਪਰ ਹੁਣ ਨਹੀਂ, ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਵਿੱਚ ਵੀ ਹੁਣ ਬਹੁਤ ਜ਼ਿਆਦਾ ਫਰਕ ਪੈ ਗਿਆ। ਸੋਸਾਇਟੀ ਕਿੰਨਾ ਕੁ ਰੋਲ ਨਿਭਾਉਂਦੀ ਹੈ? ਸੋਸਾਇਟੀ ਜਿੱਥੇ ਤੱਕ ਹੋ ਸਕੇ ਤਾਂ ਗਲਤ ਹੀ ਰੋਲ ਨਿਭਾਉਂਦੀ ਹੈ, ਅੱਜ ਤੱਕ ਸੋਸਾਇਟੀ ਕੋਈ ਸਹੀ ਰੋਲ ਨਹੀਂ ਲੈਂਦੀ। ਸੋਸਾਇਟੀ ਦਾ ਰੋਲ ਗਲਤ ਹੀ ਹੁੰਦਾ, ਕਿਉਂਕਿ ਅਗਰ ਸਾਡਾ ਬੱਚਾ ਅੱਜ ਜਾਂ ਕਿਸੇ ਹੋਰ ਨਾਲ ਕੋਈ ਸ਼ਾਦੀ ਜਾਂ ਕਿਸੇ ਤਰੀਕੇ ਦਾ ਕੋਈ ਵੀ ਮੇਲ ਜੋਲ ਹੁੰਦਾ ਹੈ ਤਾਂ ਸੋਸਾਇਟੀ ਕਦੇ ਸਹੀ ਨਹੀਂ ਕਹੇਗੀ, ਸੋਸਾਇਟੀ ਦਾ ਬੱਚਾ ਚਾਹੇ ਖੁਦ ਆਪਣਾ ਗਲਤ ਹੋਵੇ। ਮੰਨਦੇ ਹੋ ਕਿ ਮਾਂ ਪਿਓ 'ਤੇ ਕਿਤੇ ਨਾ ਕਿਤੇ ਸੋਸਾਇਟੀ ਦਾ ਪ੍ਰੈਸ਼ਰ ਹੁੰਦਾ ਹੈ? ਹੁੰਦਾ ਹੈ, ਇਸ ਚੀਜ਼ ਦਾ ਹੁੰਦਾ ਹੀ ਹੁੰਦਾ ਹੈ। ਇਸ ਚੀਜ਼ ਨੂੰ ਆਪਾਂ ਕਹਿ ਸਕਦੇ ਕਿ ਹਾਂ ਸਾਡੇ ਅਗਰ ਕਿਸੇ ਨਾ ਕਿਸੇ ਪਾਸੇ ਕੋਈ ਬਰਬਾਦੀ ਦਾ ਕਾਰਨ ਬਣਦਾ ਹੈ ਤਾਂ ਸੋਸਾਇਟੀ ਬਿਲਕੁਲ ਨੰਬਰ 1 'ਤੇ ਹੈ। ਸ਼ੁਕਰੀਆ। ਸੋ ਬਿਲਕੁਲ ਇਹਨਾਂ ਨੇ ਗੱਲ ਬਿਲਕੁਲ ਸਹੀ ਕਹੀ ਕਿ ਮਾਂ ਪਿਓ ਦੇ ਉੱਪਰ ਜਿਹੜਾ ਪ੍ਰੈਸ਼ਰ ਬਣਦਾ ਹੈ, ਦਬਾਅ ਬਣਦਾ ਹੈ, ਉਹਦੇ 'ਚ ਸੋਸਾਇਟੀ ਜਿਹੜੀ ਹੈ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਸੋ ਇਹ ਵੀ ਬਹੁਤ ਜ਼ਰੂਰੀ ਹੋ ਜਾਂਦਾ ਕਿ ਸਾਡੇ ਆਸ ਪਾਸ ਦੇ ਲੋਕ ਜੁੜੇ ਨੇ, ਸਾਡੇ ਆਸ ਪਾਸ ਦਾ ਜਿੰਨੇ ਵੀ ਵਾਤਾਵਰਨ ਹੈ ਉਹ ਜਿਹੜਾ ਸਹੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਸਾਡੀ ਸੋਸਾਇਟੀ ਹੀ ਜਿਹੜੀ ਹੈ ਉਹ ਹਰ ਚੰਗੇ ਅਤੇ ਮਾੜੇ ਕੰਮ ਦੇ ਵਿੱਚ ਜਿਹੜਾ ਹੈ ਸਭ ਤੋਂ ਵੱਧ ਰੋਲ ਅਦਾ ਕਰਦੀ ਹੈ। ਪੰਜਾਬ ਬੋਲਦਾ ਦੇ ਵਿੱਚ ਅੱਜ ਗੱਲਬਾਤ ਕੀਤੀ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਉਣ ਦੇ ਉੱਪਰ ਵਿਵਾਦ ਕਿਉਂ ਹੈ, ਗੁਨਾਹ ਕਿਉਂ ਮੰਨਿਆ ਜਾਂਦਾ ਹੈ, ਵੱਖ ਵੱਖ ਲੋਕਾਂ ਨੇ ਜਿਹੜੀ ਆਪਣੀ ਰਾਏ ਦਿੱਤੀ ਹੈ, ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਪਰ ਕਰਾਂਗੇ ਗੱਲਬਾਤ। ਫਿਲਹਾਲ ਮੈਨੂੰ ਯਾਨੀ ਅੰਮ੍ਰਿਤਵੀਰ ਦੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।